ਅਸੀਂ ਸੀ ਪੀ ਸਾਹਿਬ ਦੇ ਦਫ਼ਤਰ ਇੱਕ ਮੰਗ ਪੱਤਰ ਲੈ ਕੇ ਪਹੁੰਚੇ ਹਾਂ। 2023 ਦੇ ਵਿੱਚ ਇੱਕ ਫਿਲਮ ਰਿਲੀਜ਼ ਹੋ ਰਹੀ ਹੈ ਪਠਾਨ, ਜਿਹਦੇ ਵਿੱਚ ਇੱਕ ਅਸ਼ਲੀਲ ਗਾਣਾ ਜਿਹੜਾ ਉਹਦਾ ਨਾਮ ਰੱਖਿਆ ਗਿਆ ਬੇਸ਼ਰਮ ਰੰਗ। ਉਸ ਰੰਗ ਵਿੱਚ ਜਿਹੜੀ ਦੀਪਿਕਾ ਪਾਦੂਕੋਣ ਆ ਉਹਨੇ ਜਿਹੜੀ ਡਰੈੱਸ ਪਾਈ ਆ ਉਹ ਭਗਵਾ ਰੰਗ ਦੀ ਪਾਈ ਆ। ਜਿਹੜੀ ਉਹ ਭਗਵਾ ਰੰਗ ਦੀ ਡਰੈੱਸ ਪਾਈ ਉਹਨੇ ਇੱਕ ਬਿਗਨੀ ਜੀ ਪਾਈ ਆ, ਉਹਦੇ ਵਿੱਚ ਜਿਹੜੀ ਹਿੰਦੂ ਭਾਵਨਾ ਨੂੰ ਜਿਹੜੀ ਬੜੀ ਠੇਸ ਪਹੁੰਚੀ ਆ। ਅਸੀਂ ਇਸ ਗੱਲ ਦਾ ਸਾਡਾ ਇੱਕ ਕੁਐਸਚਨ ਹੈ ਇਹਨਾਂ 'ਤੇ ਵੀ ਤੁਸੀਂ ਸਾਡਾ ਜਿਹੜਾ ਹਿੰਦੂ ਰੰਗ ਹੈ ਜਿਹਨੂੰ ਅਸੀਂ ਤਿਰੰਗੇ ਵਿੱਚ ਵੀ ਸਭ ਤੋਂ ਪਹਿਲਾ ਸਥਾਨ ਦਿੱਤਾ ਗਿਆ ਹੈ, ਸਾਨੂੰ ਸਨਾਤਨ ਨੂੰ ਇੰਨਾ ਮਾਨ ਸਨਮਾਨ ਦਿੱਤਾ ਗਿਆ, ਪਰ ਇਹ ਲੋਕ ਜਿਹੜੇ ਬੇਸ਼ਰਮ ਨੇ, ਕੁਝ ਲੋਕ ਸ਼ਾਇਦ ਹੋਰ ਕਿਸੇ ਜਾਤੀ ਨਾਲ ਸੰਬੰਧਿਤ ਨੇ ਤਾਂ ਸਾਨੂੰ ਨੀਚਾ ਵਿਖਾਉਣਾ ਚਾਹੁੰਦੇ ਆ। ਅਸੀਂ ਇਸ ਫਿਲਮ 'ਤੇ ਰੋਕ ਲਾਉਣ ਦੇ ਲਈ 2023 ਦੇ ਵਿੱਚ ਅਸੀਂ ਇਹਨਾਂ ਨੂੰ ਕਹਿਣਾ ਹੈ ਵੀ ਇਹ ਫਿਲਮ ਨਹੀਂ ਲੱਗਣੀ ਚਾਹੀਦੀ। ਅੱਜ ਸੀ ਪੀ ਸਾਹਿਬ ਨੂੰ ਇਹ ਮੰਗ ਪੱਤਰ ਦੇਣਾ ਹੈ ਵੀ ਜੇਕਰ ਇਹ ਫਿਲਮ ਨੂੰ ਤੁਸੀਂ ਲਾਉਂਦੇ ਹੋ ਤਾਂ ਜਿਹੜਾ ਥੀਏਟਰ ਵਾਲਾ ਫਿਲਮ ਲਾਉਂਦਾ ਹੈ ਅਤੇ ਉਹ ਆਪਣੇ ਨੁਕਸਾਨ ਦਾ ਜ਼ਿੰਮੇਵਾਰ ਆਪ ਹੋਏਗਾ। ਅਸੀਂ 100% ਇਸ ਫਿਲਮ ਨੂੰ ਰੋਕਾਂਗੇ, ਜੇ ਪ੍ਰਸ਼ਾਸਨ ਹੀ ਰੋਕੇਗਾ ਅਤੇ ਰਾਸ਼ਟਰੀ ਭਗਵਾਨ ਸੈਨਾ ਹਰ ਲੈਵਲ 'ਤੇ ਜਾ ਕੇ ਇਸ ਨੂੰ ਰੋਕੇਗੀ, ਪੂਰੇ ਪੰਜਾਬ ਦੇ ਵਿੱਚ ਰੋਕੇ। ਅੱਜ ਅਸੀਂ ਅੰਮ੍ਰਿਤਸਰ ਦੇ ਜਿਹੜੇ ਕਮਿਸ਼ਨਰ ਸਾਹਿਬ ਉਹਨਾਂ ਨੂੰ ਦੇਣਾ ਇਹ ਮੰਗ ਪੱਤਰ, ਬਾਕੀ ਜਿਹੜੇ 10 ਜ਼ਿਲ੍ਹੇ ਮੇਰੇ ਤੋਂ ਹੋਰ ਚੱਲਦੇ ਉੱਥੇ ਵੀ ਅਸੀਂ ਮੰਗ ਪੱਤਰ ਦੇਵਾਂਗੇ ਇਸ ਫਿਲਮ ਨੂੰ ਬਿਲਕੁਲ ਬੈਨ ਕਰਾ ਕੇ ਹਟਾਂਗੇ, ਕਿਉਂਕਿ ਜਿਹੜੇ ਇਹ ਸ਼ਾਹਰੁਖ ਖਾਨ ਅਤੇ ਜਿਹੜੀ ਇਹ ਨਿਰਦੇਸ਼ਕ ਜਿਹੜੇ ਬੰਦੇ ਨੇ ਇਹਨਾਂ ਨੂੰ ਇਹ ਸੋਚਣੀ ਚਾਹੀਦੀ ਹੈ ਚੀਜ਼ ਵੀ ਜਿੱਥੇ ਸਾਡਾ ਧਰਮ, ਜਿੱਥੇ ਹਿੰਦੂ ਸਮਾਜ ਦੀ ਗੱਲ ਹੁੰਦੀ ਹੈ, ਇਹ ਸਾਨੂੰ ਮਜ਼ਾਕ ਦਾ ਪਾਤਰ ਬਣਾ ਕੇ ਰੱਖ ਦਿੰਦੇ ਨੇ, ਪਰ ਹੁਣ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ। ਸਾਡਾ ਸਮਾਜ ਜਾਗਿਆ ਹੋਇਆ ਸਮਾਜ ਹੈ ਅਤੇ ਠੋਕਵਾਂ ਜਵਾਬ ਦੇਵਾਂਗੇ ਉਹਨਾਂ ਨੂੰ। ਗੁਜਰਾਤ ਦੇ ਵਿੱਚ ਵੀ ਕਾਫੀ ਇਸ ਫਿਲਮ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ, ਪੁਤਲੇ ਫੂਕੇ ਜਾ ਰਹੇ ਆ, ਅਤੇ ਇਸ ਤਰ੍ਹਾਂ ਦੀਆਂ ਫਿਲਮਾਂ ਬਣਦੀਆਂ ਕਿਉਂ ਆ, ਜੇ ਇਸ ਤਰ੍ਹਾਂ ਦਾ ਕਾਰਨ ਹੈ ਪਹਿਲਾਂ ਕਿਉਂ ਨਹੀਂ ਰੋਕੀਆਂ ਜਾਂਦੀਆਂ? ਦੇਖੋ ਮੈਂ ਨਾ ਇਸ ਚੀਜ਼ ਨੂੰ ਬੜੀ ਗਹਿਰਾਈ ਦੇ ਨਾਲ ਇੱਕ ਨੂੰ ਸਰਚ ਵੀ ਕੀਤੀ ਇਹਦੇ ਉੱਤੇ। ਇਹ ਲੋਕ ਇਹ ਸੀਨ ਤਾਂ ਪਾਉਂਦੇ ਆ, ਬਾਅਦ 'ਚੋਂ ਛੋਟਾ ਜਿਹਾ ਸੀਨ ਕੱਟ ਦਿੰਦੇ ਆ। ਸਿਰਫ ਤੁਹਾਨੂੰ ਪਤਾ ਜਿਹੜੀ ਫਿਲਮ ਬਣਦੀ ਹੈ ਕਰੋੜਾਂ ਅਰਬਾਂ ਰੁਪਏ ਦੀ ਹੁੰਦੀ ਆ, ਅਤੇ ਇਹਦੇ ਵਿੱਚ ਇਹਨਾਂ ਨੇ ਇਹ ਹੁੰਦਾ ਵੀ ਥੋੜ੍ਹਾ ਜਿਹਾ ਸੀਨ ਪਾ ਲਈਏ, ਕੰਟਰੋਵਰਸੀ ਜਿਹੜੀ ਪ੍ਰਮੋਸ਼ਨ ਦੇ ਪੈਸੇ ਨਾ ਖਰਚਣੇ ਪੈਣ ਅਤੇ ਕੰਟਰੋਵਰਸੀ ਨਾਲ ਫਾਇਦਾ ਲਈਏ। ਪਰ ਇਸ ਫਿਲਮ ਦੇ ਵਿੱਚ ਇਹਨਾਂ ਨੂੰ ਇੱਕ ਜਵਾਬ ਦਿੱਤਾ ਜਾਊਗਾ ਸਾਫ਼ ਤੌਰ 'ਤੇ ਵੀ ਜੇ ਤੁਸੀਂ ਗੱਲ ਕਰਦੇ ਹੋ ਨਾ ਥੋੜ੍ਹਾ ਜਿਹਾ ਸੀਨ ਕੱਟ ਕੇ ਅਸੀਂ ਤੁਹਾਡੀ ਫਿਲਮ ਚੱਲਣ ਦੇਈਏ, ਅਸੀਂ ਤੁਹਾਡੀ ਫਿਲਮ ਹੀ ਨਹੀਂ ਚੱਲਣ ਦੇਣੀ, ਕਿਉਂਕਿ ਤੁਸੀਂ ਕੰਟਰੋਵਰਸੀ ਤਾਂ ਪਾਉਂਦੇ ਹੋ ਤਾਂ ਜੋ ਮੀਡੀਆ ਇਸ ਚੀਜ਼ ਨੂੰ ਚੱਕੇ ਅਤੇ ਉਸ ਤੋਂ ਬਾਅਦ ਤੁਸੀਂ ਫਿਲਮ ਨੂੰ ਪ੍ਰਮੋਸ਼ਨ ਕਰਾ ਕੇ ਉਹਨੂੰ ਚਲਾ ਲਓ, ਕਿਉਂਕਿ ਲਾਲ ਸਿੰਘ ਚੱਡਾ ਵੀ ਤੁਸੀਂ ਫਿਲਮ ਦੇਖੀ ਆ, ਉਹਦੇ ਵਿੱਚ ਹੋਰ ਵੀ ਫਿਲਮਾਂ ਇਸ ਚੀਜ਼ ਦੀਆਂ ਉਦਾਹਰਨਾਂ ਵਾ। ਪਰ ਅਸੀਂ ਇਸ ਚੀਜ਼ 'ਤੇ ਬਿਲਕੁਲ ਬੈਨ ਲਾਵਾਂਗੇ, ਕਿਉਂਕਿ ਜੇ ਇਹ ਸਮਝਦੇ ਵੀ ਹਿੰਦੂ ਸਮਾਜ ਨੂੰ ਕਿਸੇ ਤਰ੍ਹਾਂ ਵਰਤਿਆ ਜਾ ਸਕਦਾ ਕਿ ਇਸ ਚੀਜ਼ 'ਤੇ ਅਸੀਂ ਨਹੀਂ ਵਰਤਿਆ ਜਾਵਾਂਗੇ, 100% ਜੀ ਪੁਤਲੇ ਫੂਕਾਂਗੇ। ਅੱਜ ਸਿਰਫ ਮੰਗ ਪੱਤਰ ਦੇਣਾ ਆ, ਪੁਤਲਾ ਹੋ ਸਕਦਾ ਅਸੀਂ 3 ਵਜੇ ਦੇ ਲਾਗੇ ਚੱਕੇ ਸ਼ਾਇਦ ਅੱਜ ਪੁਤਲੇ ਫੂਕਣੇ ਸ਼ੁਰੂ ਕਰ ਦੇਵਾਂਗੇ ਅਤੇ ਉਸ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਇਹਦੇ ਪੁਤਲੇ ਵੀ ਫੂਕੇ ਜਾਣਗੇ ਅਤੇ ਪੂਰੀ ਰੋਕਥਾਮ ਵੀ ਕੀਤੀ ਜਾਏਗੀ। ਮੈਂ ਤੁਹਾਡੇ ਚੰਨ ਨਾਲ ਇੱਕ ਸਾਫ਼ ਤੌਰ 'ਤੇ ਗੱਲ ਕਹਿਣਾ ਚਾਹੁੰਦਾ, ਜਿਹੜੇ ਡਿਸਟ੍ਰੀਬਿਊਟਰ ਨੇ ਨਾ ਇਸ ਫਿਲਮ ਨੂੰ ਖਰੀਦਣ ਵਾਲੇ, ਉਹਨਾਂ ਨੂੰ ਚੇਤਾਵਨੀ ਜੇ ਰਾਸ਼ਟਰੀ ਭਗਵਾ ਸੈਨਾ ਵੱਲੋਂ ਇੱਕ ਸਾਫ਼ ਸੁਥਰੀ, ਜੇਕਰ ਕੋਈ ਨੁਕਸਾਨ ਹੁੰਦਾ ਭਾਅ ਜੀ ਸਾਨੂੰ ਨਾ ਕਿਹੋ, ਪ੍ਰਸ਼ਾਸਨ ਨੂੰ ਅਸੀਂ ਅੱਜ ਤਾਂ ਮੰਗ ਪੱਤਰ ਦੇਣ ਚੱਲੇ ਜੇ, ਕੱਲ੍ਹ ਨੂੰ ਤੁਹਾਡੇ ਅਸੀਂ ਥੀਏਟਰਾਂ 'ਚ ਆਉਣਾ, ਜੇ ਕੋਈ ਗੱਲਬਾਤ ਹੁੰਦੀ ਅਸੀਂ ਪਰਚੇ ਕਰਾਉਣ ਲਈ ਤਿਆਰ ਹਾਂ, ਤੁਸੀਂ ਭੰਨ ਤੋੜ ਲਈ ਤਿਆਰ ਸੀ ਅਤੇ ਤੁਸੀਂ ਇਹ ਫਿਲਮ ਲਵਾ ਲਓ।